हेलो, मेरा नाम चौधरी रजिंदर निजर हैगा ते मैं पंडूरी निजरां दा जट हैगा। ते जिन्ना चिर तुसी अपने दुनियावी प्यो दे नहीं बनदे, उन्ना चिर रूहानी दे नहीं बन सकदे। अपने कोई जात उच्ची नहीं, कोई नीवी नहीं हैगी। जदों तुहाडे च रूह पई हैगी, अकाल पुरख तों पई हैगी, किसे दा किसे नूं जट्टां दे जन्म दे दित्ता, किसे नूं चूड़ियां दे, किसे नूं चमारां दे, किसे नूं खत्रियां दे, किसे रोड़ियां दे। इह जन्म उहदे तों मिलदा हैगा उस घर च। जे तुसीं उह जन्म कबूल नहीं करना, उह पहली रज़ा हैगी। जदों तुसीं नहीं करदे कबूल, तुहाडी पछाण नहीं हैगी कोई भी। पछाण जिसम ना होनी हैगी, ते जदों पछाण नहीं हैगी तां तुसीं फिर शैतान दे पुत्तर हैगे। शैतान दे पुत्तर लिए बाणी नहीं हैगी। ਇਸ ਲਈ ਹੈਗਾ ਬਾਣੀ 'ਚ ਜਦੋਂ ਰਵਿਦਾਸ ਜੀ, ਚਮਾਰ, ਭਗਤ ਕਬੀਰ ਜੀ ਜੁਲਾਹੇ ਅਤੇ ਧੰਨਾ ਜੱਟ, ਇਹ ਸਾਰੇ ਜਾਤਾਂ ਦੇ ਲਿਖ ਕੇ ਫਿਰ ਸਤਿਗੁਰੂਆਂ ਨੇ ਕਿਹਾ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਇਹ ਬ੍ਰਹਮ ਕੇ ਬੇਟੇ ਬਣੀ ਦਾ ਤਦ ਫਿਰ ਪਾਰ ਬ੍ਰਹਮ ਦੇ ਬੇਟੇ ਬਣੀ ਦਾ। ਅਤੇ ਪਾਰ ਬ੍ਰਹਮ ਜਿਹੜਾ ਹੈਗਾ ਬ੍ਰਹਮ ਤੋਂ ਉੱਪਰ ਹੈਗਾ, ਅਤੇ ਰਾਮ ਉਹਨੂੰ ਕਹਿ ਦਿਓ ਜਾਂ। ਤੇ ਇਹ ਹੈਗੀ ਹੁਣ ਮੈਂ ਵਿਆਖਿਆ ਕਰ ਰਿਹਾ ਸਤਿਗੁਰੂ ਅਮਰਦੇਵ ਜੀ। ਅਮਰਦੇਵ ਜੀ ਨੇ ਦੁਬਧਾ ਭੰਨੀ ਸੀਗੀ, ਸਤਿਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਹੋਮੇ ਮਾਰ ਕੇ ਅਤੇ ਉਹਨਾਂ ਨੂੰ ਸੁਰਤੀ ਵਾਲਾ ਬਣਾਇਆ। ਸੁਰਤੀ ਵਾਲਾ ਬਣਾ ਕੇ ਉਹਨਾਂ ਨੂੰ ਫਿਰ ਇਹ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਇਆ। ਸੁਰਤੀ ਦੇ ਬਿਨਾਂ ਸ਼ਬਦ ਨਹੀਂ ਸਮਝ ਆਉਂਦਾ, ਅਤੇ ਫਿਰ ਇਹਨਾਂ ਨੇ ਫਿਰ ਸ਼ਬਦ ਉਹਨਾਂ ਨੂੰ ਸਮਝਾਇਆ। ਇਸ ਕਰਕੇ ਇਹਨਾਂ ਦੇ ਸਤਿਗੁਰੂ ਅਮਰਦੇਵ ਜੀ ਦੇ ਜਿਹੜੇ ਸਿੱਖ ਸਨ ਉਹ ਸੀ ਬਾਲੜੀ ਬੱਚੇ, ਉਹਨਾਂ ਨੂੰ ਸੁਰਤੀ ਆਏ ਸੀ ਹੁਣੇ ਹੁਣੇ, ਅਤੇ ਇਸ ਕਰਕੇ ਉਹਨਾਂ ਨੂੰ ਬਾਲੜੀ ਕਿਹਾ ਹੈਗਾ ਇਹਨਾਂ ਨੇ। ਅਤੇ ਜਿਹੜਾ ਸਤਿਗੁਰੂ ਅਮਰ ਰਾਮਦਾਸ ਦੇ ਸੀਗੇ ਉਹ ਫਿਰ ਸੁਹਾਗਨ ਹੋ ਗਈਆਂ ਨਾ ਪੂਰੀਆਂ, ਫਿਰ ਬਾਲੜੀ ਨਹੀਂ ਰਹੀਆਂ ਫਿਰ ਸੁਹਾਗਨ। ਅਤੇ ਇਹ ਹੁਣ ਸਤਿਗੁਰੂ ਅਮਰਦੇਵ ਜੀ ਦੇ ਹੈਗਾ ਸਲੋਕ ਪੇਜ 770 ਤੇ। ਸਾਧਨ ਬਾਲੀ ਦੁਰ ਮੇਲ ਮੈਲੀ ਮੇਲੀ, ਸਾਧਨ ਬਾਲੀ ਇੱਦਾਂ ਦੀ ਜਿਹੜੀ ਹੈਗੀ ਵਰਜਨ ਚਾਈਲਡ ਬਰਾਈਡ, ਉਹ ਫਿਰ ਦੁਰ ਮੇਲੀ ਮੇਰੇ ਪ੍ਰਭ ਆਪੇ ਮਿਲਾਈ ਰਾਮ। ਉਹਦਾ ਜਿਹੜਾ ਹੈਗਾ ਪਹਿਲਾਂ ਤੂੰ ਉਹ ਪ੍ਰੀ ਡੈਸਟਿਨਡ ਹੈਗੀ, ਉਹਨੂੰ ਉਹਦੇ ਮਸਤਕ 'ਚ ਲਿਖਿਆ ਆਇਆ ਸੀ ਵੀ ਤੂੰ ਪ੍ਰਭ ਨੂੰ ਮਿਲਣਾ ਹੈਗਾ। ਜਿੱਦਾਂ ਜੀਜੇ ਨੇ ਜਦੋਂ ਆਪਣੇ ਚੇਲੇ ਕੀ ਆਪਣੇ ਸੱਚ ਚੇਲੇ ਨਹੀਂ ਸੀ, ਕਾਮੇ ਸੀ ਉਹਦੇ। ਚੇਲੇ ਤਾਂ ਡਿਸਾਈਪਲ ਹੁੰਦੇ ਹਨ, ਡਿਸਾਈਪਲ ਜਿਹੜਾ ਵਰਡ ਹੈਗਾ ਡਿਸਿਪਲਨ ਤੋਂ ਹੈਗਾ। ਡਿਸਿਪਲਨ ਜਿਹੜਾ ਹੈਗਾ ਉਹ ਬੱਚਿਆਂ ਨੂੰ ਕਰੀਦਾ ਡਿਸਿਪਲਨ। ਜਿਹੜੇ ਸੁਰਤੀ ਵਾਲੇ ਹੋਏ ਉਹਨਾਂ ਨੂੰ ਡਿਸਿਪਲਨ ਕਰਨ ਦੀ ਲੋੜ ਨਹੀਂ ਹੈਗੀ। ਸੁਰਤੀ ਵਾਲੇ ਜਿਹੜੇ ਹੁੰਦੇ ਨੇ ਕਾਮੇ ਹੁੰਦੇ ਨੇ, ਉਹ ਡਿਸਾਈਪਲ ਨਹੀਂ ਹੁੰਦੇ। ਇਹ ਜੂਆ ਨੇ ਉਹਨਾਂ ਨੂੰ ਡਿਸਾਈਪਲ ਬਣਾ ਦਿੱਤਾ। ਅਤੇ ਉਹਨੇ ਜਦੋਂ ਚੁਣੇ ਸਨ ਉਹਨੇ ਉਹਨੂੰ ਪਤਾ ਸੀ ਵੀ ਇਹ ਜਿਹੜੇ ਹੈਗੇ ਨੇ ਇਹ ਇਹਨਾਂ ਦੇ ਧੁਰ ਮਸਤਕੇ ਚ ਹੈਗਾ ਲਿਖਿਆ ਇਹਨਾਂ ਨੂੰ ਚੁਣਨਾ। ਉਹਨਾਂ ਨੂੰ ਕਿਹਾ ਸੀ ਰੈਮਨੈਂਟ, ਯਾਨੀ ਕਿ ਬਾਕੀ ਦੇ ਜਿਹੜੇ ਜਦੋਂ ਸੀਗੇ ਨਾ ਚੁਣੇ ਸੀ ਤੇ ਇਹ ਖਿੜੇ ਨਹੀਂ ਸੀਗੇ। ਜਿਹੜਾ ਜੁੱਡਾ ਸਕੈਰੀਓ ਸੀਗਾ ਉਹ ਕਹਿੰਦਾ ਸੀ ਮੈਨੂੰ ਚੁਣ ਲਓ, ਉਹਨੇ ਮਿਹਨਤ ਕੀਤੀ, ਉਹਨੇ ਉਹਨਾਂ ਨੂੰ ਫਰਾਦ ਕੀਤੀ ਵੀ ਰਿਕੁਐਸਟ ਕੀਤੀ ਸੀ ਵੀ ਮੈਨੂੰ ਲੈ ਲਓ, ਉਹਨੂੰ ਉਹ ਆਪ ਨਹੀਂ ਉਹਨਾਂ ਨੇ ਚੁਣਿਆ। ਅਤੇ ਉਹ ਫਿਰ ਤੁਹਾਨੂੰ ਉਹਨੇ ਧੋਖਾ ਦੇ ਦਿੱਤਾ ਉਹਨੇ। ਇਸ ਕਰਕੇ ਜਿਹੜੇ ਜਿਹਨਾਂ ਨੇ ਪਹਿਲਾਂ ਮਸਤਕ 'ਚ ਲਿਖਿਆ ਜਿਹਨਾਂ ਦੇ ਭਾਗਾਂ 'ਚ ਹੈਗਾ ਸਤਿਗੁਰੂ, ਉਹਨਾਂ ਨੂੰ ਉਹ ਫਿਰ ਚੁਣਦਾ ਹੈਗਾ ਅਤੇ ਉਹਨਾਂ ਨੂੰ ਸਤਿਗੁਰੂ ਮਿਲਦਾ ਹੈਗਾ। ਸਾਧਨ ਬਾਲੀ ਦੁਰ ਮੇਲੀ, ਉਹਨੂੰ ਦੋਨੋਂ ਹੀ ਮਿਲਿਆ ਹੋਇਆ ਵੀ ਮਸਤਕ 'ਚ ਹੈਗਾ ਮੇਰੇ ਪ੍ਰਭ ਆਪੇ ਮਿਲਾਈ ਰਾਮ, ਫਿਰ ਆਪੇ ਅਕਾਲ ਪੁਰਖ ਉਹਨੂੰ ਮਿਲਾਉਂਦਾ ਜਿੰਨਾ ਜੇ ਮਸਤਕ 'ਚ ਹੈਗਾ। ਗੁਰਮਤੀ ਘਟ ਚਾਨਣ ਹੋਆ, ਗੁਰਮਤੀ ਗੁਰ ਹੈਗਾ ਢੰਗ, ਲੋਜੀਕਲ ਰੀਜਨਿੰਗ। ਜਦੋਂ ਤੁਸੀਂ ਲੋਜੀਕਲ ਰੀਜਨਿੰਗ ਨਾਲ ਸੋਚਦੇ ਹੈਗੇ ਆ ਤਦ ਤੁਹਾਡੇ ਅੰਦਰ ਚਾਨਣ ਹੁੰਦਾ ਹੈਗਾ, ਅਤੇ ਜਦੋਂ ਲੋਜੀਕਲ ਰੀਜਨਿੰਗ ਨਾਲ ਸੋਚਦੇ ਹਾਂ ਤਦ
ਤਾਂ ਤੁਸੀਂ ਜੋ ਬੋਲਦੇ ਆ ਅਥੋਰੀਟਿਵ ਬੋਲਦੇ ਆ, ਵਿਦ ਅਥੋਰਿਟੀ, ਫਿਰ ਤੁਹਾਡੇ ਮਨ ਵਿੱਚ ਪੱਕਾ ਹੁੰਦਾ ਵੀ ਇਹ ਠੀਕ ਹੈਗਾ, ਫਿਰ ਉਹ ਤੁਸੀਂ ਬੋਲਦੇ ਆ। ਜੇ ਤੁਸੀਂ ਐਵੇਂ ਬੋਲੀ ਜਾਓ ਫਲਾਨੇ ਪ੍ਰੋਫੈਸਰ ਨੇ ਲਿਖਿਆ ਜਿੱਦਾਂ ਫਲਾਨੇ ਜਿੱਦਾਂ ਟੀਕਾ ਹੈਗਾ ਨਾ, ਸੋਚਿਆ ਸੋਚਣਾ ਵੀ ਜੇ ਸੋਚੀ ਲਖਵਾਰ ਹੈਗਾ ਨਾ, ਇਹ ਹੋਮੇ ਬਿਰਤੀ ਬਾਰੇ ਤੋਕੇਗੀ ਨਾ। ਹੁਣ ਜਿਹੜੇ ਕਹਿੰਦੇ ਕਿਤਾਬੀ ਕੀੜੇ, ਉਹ ਦੇਖਦੇ ਨੇ ਕਿਹਦਾ ਟੀਕਾ ਦੇਖਾਂ, ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਦੇਖਾਂ, ਉਹ ਫਲਾਨੇ ਦੇ ਦੇਖਾਂ, ਅਤੇ ਫਲਾਨੇ ਦਾ ਟੀਕਾ, ਸਾਰੇ ਟੀਕੇ ਟੂਕੇ ਮੈਂ ਦੇਖੇ ਹੈਗੇ ਨੇ, ਕਿਸੇ ਨੇ ਇੱਕ ਵੀ ਨਹੀਂ, ਉਹ ਇੱਕ ਨੇ ਵੀ ਨਹੀਂ ਸਹੀ ਮਤਲਬ ਕੀਤਾ। ਇਹ ਹੈਗਾ ਜਦੋਂ ਹੋਮੇ ਬਿਰਤੀ ਹੋਵੇ ਉਦੋਂ ਸੋਚਿਆ ਸੋਚਣਾ ਹੋਈ, ਜੇ ਸੋਚੀ ਲਖਵਾੜ, ਜਿੱਦਾਂ ਸਤਿਗੁਰੂ ਅੰਗਦ ਦੇਵ ਜੀ ਦੇ ਸਿੱਖ ਸੀ, ਉਹਨਾਂ ਨੇ ਉਹਨਾਂ ਦੀ ਹੋਮੇ ਮਾਰੀ, ਉਹਨਾਂ ਸੁਰਤੀ ਵਾਲਾ ਬਣਾਇਆ। ਸੁਰਤੀ ਵਾਲਿਆਂ ਲਈ ਇਹ ਸਭ ਹੈਗਾ, ਪਵਨ ਆਰੰਭ ਸਤਿਗੁਰੂ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਹੈਗਾ ਨਾ ਸੁਰਤੀ ਵਾਲਿਆਂ ਲਈ ਹੈਗੀ ਇਹ ਜਿਹੜੀ। ਤੇ ਇਸ ਕਰਕੇ ਗੁਰਮਤੀ ਜਿਹੜੇ ਸੁਰਤੀ ਵਾਲੇ ਨੇ, ਉਹ ਗੁਰ ਦੇ ਹਿਸਾਬ ਨਾਲ ਚੱਲਦੇ, ਲੋਜੀਕਲ ਰੀਜਨਿੰਗ ਦੇ ਹਿਸਾਬ ਨਾਲ ਚੱਲਦੇ ਨੇ। ਘੱਟ ਚਾਨਣ ਹੋਇਆ ਉਹਦੇ ਜਿਹੜਾ ਅੰਦਰ ਹੈਗਾ, ਫਿਰ ਉਹ ਚਾਨਣ ਹੋ ਜਾਂਦਾ ਹੈਗਾ, ਫਿਰ ਉਹ ਜਿਹੜਾ ਚਾਨਣ ਹੋ ਜਾਏ ਤਾਂ ਫਿਰ ਉਹ ਬੋਲਦਾ ਹੈਗਾ, ਚਾਨਣ ਦੱਸਦਾ ਦੂਜਿਆਂ ਨੂੰ ਵੀ ਕੀ ਹੈਗਾ ਚਾਨਣ। ਪ੍ਰਭ ਰੱਬ ਰਿਹਾ ਸਭ ਥਾਈ ਰਾਮ, ਫਿਰ ਉਹਨੂੰ ਚਾਨਣ ਹੁੰਦਾ ਵੀ ਪ੍ਰਭ ਤਾਂ ਹਰ ਇੱਕ ਜਗ੍ਹਾ, ਜਿਹੜਾ ਵੀ ਚੀਜ਼ ਜਿਹਦੇ 'ਚ ਜਾਨ ਹੈਗੀ ਉਹਦੇ 'ਚ ਰੱਬ ਰਿਹਾ ਹੈਗਾ, ਰਾਮ ਹਰ ਇੱਕ ਜਗ੍ਹਾ। ਜਲਦੀ ਉਹ ਮਨਮੁੱਖ ਹੈਗਾ ਜਾਂ ਕੁਛ ਹੈਗਾ, ਪਰ ਉਹਦੀ ਲਾਈਟ ਹੈਗੀ ਅੰਦਰ ਉਹਦੇ, ਪਰ ਉਹ ਜਿਹੜੀ ਲਾਈਟ ਹੈਗੀ ਉਹ ਦਬਾ ਦਿੰਦਾ, ਕਹਿੰਦਾ ਛੱਡ ਰਾਮ ਨੂੰ, ਮਾਇਆ ਨੂੰ ਪੈ, ਪਰ ਹੈਗਾ ਤਾਂ ਸੀ ਨਾ ਰੱਬ ਉਹਦੇ ਅੰਦਰ। ਅਤੇ ਇਸ ਕਰਕੇ ਕਹਿੰਦੇ ਵੀ ਕਿਸੇ ਨਾਲ ਅਸੀਂ ਕੋਈ ਦੁਸ਼ਮਣ ਨਹੀਂ ਸਾਡਾ ਹੈਗਾ, ਨਾ ਨਾ ਕੋਈ ਬੇਗਾਨਾ, ਨਾ ਹੀ ਨਾ ਕੋਈ ਵੈਰੀ, ਨਾ ਹੀ ਬੇਗਾਨਾ। ਸਗਲ ਸੰਗ ਹਮਕੋ ਬਣਾਈ, ਸਗਲ ਸੰਗ ਹਮਕੋ ਬਣਾਈ, ਕਾਮ ਕ੍ਰੋਧ ਲੋਭ ਮਹੰਕਾਰ, ਇਹ ਬਿਮਾਰੀਆਂ ਤਾਂ ਸਾਨੂੰ ਲੱਗ ਗਈਆਂ ਨੇ, ਇਹਦੇ ਤੋਂ ਪਿੱਛਾ ਛੁਡਾਉਣਾ ਅਸੀਂ ਆਪ, ਤੇ ਸਾਡਾ ਕੋਈ ਬੈਰੀ ਬਗਾਨਾ ਨਹੀਂ ਹੈਗਾ। ਜਿਹੜੀ ਸਿੱਖੀ ਹੈਗੀ ਇਹ ਆਪਣੇ ਆਪ ਨੂੰ ਤੁਸੀਂ ਸਾਫ ਕਰਨ ਲਈ ਹੈਗੀ, ਇਹ ਨਹੀਂ ਕਿ ਫਲਾਨਾ ਵੀ ਸਾਫ ਹੋਵੇ ਜਾਂ ਫਲਾਨੇ ਨੂੰ ਬਣਾ ਲਵਾਂ। ਪ੍ਰਚਾਰ ਕਰੋ, ਜਿਹਦੇ ਪੱਲੇ ਪਊਗੀ, ਮਸਤਕ ਛੂਗਾ, ਉਹ ਤੁਹਾਨੂੰ ਪੁੱਛੇਗਾ ਤੇ ਉਹਨੂੰ ਵੀ ਫਿਰ ਚਾਨਣ ਹੋ ਜਾਏਗਾ। ਪਰ ਜਿਹਨੂੰ ਚਾਹ ਹੀ ਨਹੀਂ ਹੈਗੀ ਤੇ ਉਹਨੂੰ ਤੁਸੀਂ ਨਹੀਂ ਤੁਸੀਂ ਮਜਬੂਰ ਕਰ ਸਕਦੇ, ਉਹਦੇ ਭਾਗਾਂ 'ਚ ਹੀ ਨਹੀਂ ਹੈਗਾ ਇਹ ਨਾਮ। ਪ੍ਰਭ ਰੱਬ ਰਿਹਾ ਸਭ ਥਾਈਂ, ਮੰਨੇ ਵਸਾਏ ਵਸਾਈ ਪੂਰਬ ਲਿਖਿਆ ਪਾਇਆ, ਉਹ ਜਿਹੜਾ ਨਾ ਪ੍ਰਭ ਜਿਹੜਾ ਹੈਗਾ ਕਹਿੰਦੇ ਰੱਬ ਰਿਹਾ ਸਾਰੀ ਜਗ੍ਹਾ ਹੈਗਾ, ਤੇ ਉਹ ਮੰਨੇ ਵਸਾਈ, ਉਹ ਮਨ 'ਚ ਅਸੀਂ ਵਸਾ ਲਈ ਸੀਗੀ ਵੀ ਸਾਰੀ ਜਗ੍ਹਾ ਹੈਗਾ ਸਭ, ਉਹ ਹਰ ਇੱਕ ਜਗ੍ਹਾ, ਦੁਸ਼ਮਣ 'ਚ ਵੀ ਹੈਗਾ ਅਤੇ ਆਪਣੇ ਸਾਥੀ 'ਚ ਵੀ ਹੈਗਾ, ਚੋਰ 'ਚ ਵੀ ਹੈਗਾ, ਸਭ 'ਚ ਹੈਗਾ। ਵਸਾਈ ਪੂਰਬ ਲਿਖਿਆ ਪਾਇਆ, ਫਿਰ ਪੂਰਬ ਲਿਖਿਆ ਪਾਇਆ ਵੀ ਤੁਸੀਂ ਇਕੱਲੇ ਇਕੱਲੇ ਨਿਆਰੇ ਹੋ ਜਾਂਦੇ ਹਾਂ ਨਾ, ਜਦੋਂ ਨਿਆਰੇ ਹੋਏ ਤਦ ਫਿਰ ਤੁਸੀਂ ਆਪਣੇ ਆਪਣਾ ਆਪ ਜਿਹੜਾ ਸਾਫ ਕਰਨਾ ਹੈਗਾ, ਇਹ ਨਹੀਂ ਕਿ ਉਹਨੂੰ ਸਾਫ ਕਰੋ, ਉਹਨੇ ਆਪਣੇ ਆਪ ਕਰਨਾ ਹੈਗਾ ਜਿਹਨੇ ਕਰਨਾ ਹੈਗਾ, ਜਿਹਨੂੰ ਨਹੀਂ ਲੋੜ ਸਾਫ ਕਰਨ ਦੀ ਉਹਨੇ ਤੁਹਾਡੇ ਕਹਿ ਨਹੀਂ ਸਾਫ ਹੋਣਾ, ਉਹਦੇ ਭਾਗਾਂ 'ਚ ਨਹੀਂ ਲਿਖਿਆ। ਅਤੇ ਇਸ ਜਿਹੜੇ ਹੈਗਾ ਨਾਮ ਹੈਗਾ ਇਹ ਤੁਹਾਡੇ ਆਪਣੇ ਲਈ ਹੈਗਾ, ਸੋਲੀਟਰੀ ਆਪਾਂ ਜਿਹੜੇ ਹੈਗਾ ਸੋਲੀਟਰੀ ਵਰਜਨ ਬ੍ਰਾਈਡਸ ਹੈਗੇ ਹੈ ਨਾ, ਅਤੇ ਇਸ ਕਰਕੇ ਸੋਲੀਟਰੀ ਨਾਲ ਮਤਲਬ ਇਕੱਲਿਆਂ ਲਈ। ਸਹਿਜ ਸੁਖਾਲੀ ਮੇਰੇ ਪ੍ਰਭ ਬਾਣੀ, ਸਹਿਜ ਸਹਿਜ ਜਿਹੜਾ ਹੁੰਦਾ ਹੈਗਾ ਗੁਰਮੁਖਾਂ ਕੋਲ ਹੁੰਦਾ, ਸਹਿਜ ਜਿਹੜੇ ਮਨਮੁੱਖ ਹੁੰਦੇ ਚਤਰ ਚਲਾਕ ਹੁੰਦੇ ਉਹਨਾਂ ਕੋਲ ਨਹੀਂ, ਉਹ ਨਹੀਂ ਇਸ ਚੀਜ਼ ਨੂੰ ਪਾਉਂਦੇ। ਜਿਹੜੇ ਸੀਲਡ ਟੂ ਸਰਵ ਗੋਡ ਹੋਣ ਗੁਰਮੁਖ, ਉਹਨਾਂ ਕੋਲ ਸਹਿਜ ਹੁੰਦਾ, ਉਹ ਫਿਰ ਸਹਿਜ ਸੁਖਾਲੀ ਮੇਰੇ ਪ੍ਰਭ ਬਾਣੀ, ਉਹ ਫਿਰ ਮੇਰੇ ਪ੍ਰਭ ਨੂੰ ਪਾਉਂਦੀ ਹੈਗੀ, ਪਸੰਦ ਆਉਂਦੀ ਹੈਗੀ। ਸੱਚ ਸ਼ਿੰਗਾਰ ਬਣਾਇਆ, ਫਿਰ ਮੈਂ ਜਿਹੜਾ ਸੱਚ ਜਿਹੜਾ ਕਿ ਨਾਮ ਹੈਗਾ ਅਕਾਲ ਪੁਰਖ ਦਾ ਨਾਮ, ਉਹ ਮੈਂ ਸ਼ਿੰਗਾਰ ਬਣਾਇਆ ਅਤੇ ਉਹ ਫਿਰ ਮੈਂ ਲੋਕਾਂ ਨੂੰ ਪ੍ਰਚਾਰ ਕੀਤਾ ਜਾਂ ਦਿਖਾਇਆ। ਕਾਮਨ ਨਿਰਮਲ ਹੋਮੇ, ਕਾਮਲ ਨਿਰਮਲ ਹੋਮੇ,
ਉਹ ਫਿਰ ਕੰਮ ਜਿਹੜੀ ਹੁੰਦੀ ਇਸਤਰੀ ਹੁੰਦੀ ਵਰਜਨ ਬਰਾਈਡ ਉਹ ਹੋਮੇ ਤੋਂ ਰਹਿਤ ਹੁੰਦੀ ਹੈਗੀ। ਮਲ ਖੋਈ ਗੁਰਮਤ ਸੱਚ ਸਮਾਈ, ਹੋਮੇ ਦੀ ਮਲ ਜਿਹੜੀ ਨਾ ਉਹ ਖੋਲੀ, ਫਿਰ ਮੈਂ ਮਨਮੁਖ ਨਹੀਂ ਬਣਿਆ, ਫਿਰ ਸਿੱਧਾ ਗੁਰਮੁਖ ਬਣਿਆ। ਜਿੱਦਾਂ ਹੈਗਾ ਨਾ ਇੱਥੇ ਦੱਸਿਆ ਚਾਰਟ ਵਿੱਚ ਕਿ ਹੈਗਾ ਨਾ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰ ਕੇ ਨਾ ਲੋਕਾਂ ਨੂੰ ਸਨਮੁਖ ਬਣਾਇਆ, ਸਤਿਗੁਰੂ ਅਮਰਦੇਵ ਜੀ ਨੇ ਸਨਮੁਖਾਂ ਨੂੰ ਗੁਰਮੁਖ ਬਣਾਇਆ, ਗੁਰਮੁਖ ਨੇ ਫਿਰ ਅਕਾਲ ਪੁਰਖ ਨਾਲ ਸਮਾ ਗਈ। ਇਸ ਕਰਕੇ ਜਿਹੜਾ ਗੁਰਮੁਖ ਹੈਗਾ ਉਹਦੀ ਜਿਹੜੀ ਬਿਮਾਰੀ ਉਹ ਹੋਮੇ ਹੈਗੀ, ਮਨ ਨੂੰ ਤਾਂ ਉਹਨੇ ਕਾਬੂ ਪਾ ਲਿਆ, ਮਨ ਕਾਬੂ ਪਾ ਲਿਆ ਤੇ ਹੋਮੇ ਹੈਗੀ। ਹੋਮੇ ਨਾ ਆਦਮੀ ਕਰੇ ਕਿਸੇ ਚੀਜ਼ ਦੀ ਤੇ ਫਿਰ ਉਹ ਮੈਲ ਜਿਹੜੀ ਮਨ ਨੂੰ ਨਹੀਂ ਲੱਗਦੀ, ਬਾਣੀ ਨੇ ਤਾਂ ਧੋ ਦਿੱਤਾ ਮਨ। ਤੇ ਇਸ ਕਰਕੇ ਹੋਮੇ ਨਾ ਕਰੇ, ਹੋਮੇ ਜਿਹੜਾ ਹੈਗਾ ਉਹ ਥੱਲੇ ਡੇਗ ਲੈਂਦੀ ਲੋਕਾਂ ਨੂੰ। ਤੇ ਕਾਮਣ ਨਿਰਮਲ ਹੋਮੇ ਮਲ ਖੋਈ, ਉਹਦੀ ਮੈਲ ਜਿਹੜੀ ਹੋਮੇ ਦੀ ਖੋਹ ਲਈ, ਜਾਂ ਦੂਜੀ ਜਿਹੜੀ ਮਨ ਦੀ ਮੈਲ ਸੀਗੀ ਨਾ ਵੀ ਲੋਭ, ਉਹ ਵੀ ਖੋਹ ਲਿਆ। ਗੁਰਮਤ ਸੱਚ ਸਮਾਈ, ਗੁਰਮਤ ਗੁਰ ਦੇ ਲੌਜੀਕਲ ਰੀਜਨਿੰਗ ਦੀ ਮਤ ਨਾਲ ਮੈਂ ਸੱਚ ਵਿੱਚ ਸਮਾ ਗਈ। ਨਾਨਕ ਆਪ ਮਿਲਾਈ, ਕਰਤੇ ਨਾਮ ਨਵੇਂ ਨਿਧ ਪਾਈ। ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਆਪ ਹੀ ਮਿਲਾਉਂਦਾ ਹੈਗਾ ਤੁਹਾਨੂੰ। ਉੱਦਾਂ ਦੀ ਉਹਨੂੰ ਕਹਿੰਦੀ ਉਹਦੀ ਨਜ਼ਰ ਪਵੇ ਤਦ ਫਿਰ ਨਾਮ ਮਿਲਦਾ ਹੈਗਾ, ਫਿਰ ਸਤਿਗੁਰੂ ਅੰਦਰ ਬਹਿੰਦਾ ਹੈਗਾ ਤੇ ਤੁਹਾਨੂੰ ਤੁਸੀਂ ਗੁਰਮੁਖ ਬਣਦੇ ਹੈਗੇ। ਨਾਨਕ ਆਪ ਮਿਲਾਈ, ਉਹਨੇ ਮੈਨੂੰ ਆਪ ਹੀ ਮਿਲਾਇਆ ਅਕਾਲ ਪੁਰਖ ਨੇ, ਮੈਨੂੰ ਤਾਂ ਸਹਿਜ ਸੁਭਾਈ ਆਪੇ ਮਿਲਾ ਗਿਆ। ਆਪਣੀਆਂ ਜਿਹੜੀਆਂ ਹੁੰਦਾ ਨਾਮ ਸਹਿਜ ਸੁਭਾਅ ਨਾਲ ਆਉਂਦਾ ਹੈਗਾ, ਇਹ ਕੋਈ ਕਿਤਾਬਾਂ ਪੜ੍ਹਨ ਨਾਲ ਨਹੀਂ ਆਉਂਦਾ ਵੀ ਮੈਂ ਕਿਤਾਬਾਂ 'ਚ ਪੜ੍ਹ ਲਵਾਂ ਅਤੇ ਫਿਰ ਚਤਰ ਚਲਾਕ ਬਣ ਜਾਵਾਂ, ਇੱਦਾਂ ਨਹੀਂ ਆਉਂਦਾ। ਜੇ ਤੁਸੀਂ ਦਿਲ ਸਾਫ਼ ਹੈਗਾ ਤੁਹਾਡਾ, ਜਿੱਦਾਂ ਪਿੰਡਾਂ ਦੇ ਲੋਕਾਂ ਦਾ ਦਿਲ ਸਾਫ਼ ਹੁੰਦਾ ਨਾ, ਅਤੇ ਉਹਨਾਂ 'ਚ ਉਹ ਕਿਸੇ ਕਿਸੇ 'ਚ ਫਿਰ ਇਹ ਬਾਣੀ ਸਮਝ ਆ ਜਾਂਦੀ ਉਹਦੇ ਤੇ ਮਿਲ ਜਾਂਦਾ ਹੈਗਾ। ਨਾਨਕ ਆਪ ਮਿਲਾਈ, ਕਰਤੇ ਨਾਮ ਨਵੇਂ ਨਿਧ ਪਾਈ। ਕਰਤੇ ਨੇ ਆਪ ਹੀ ਫਿਰ ਉਹਨੇ ਮਿਲਾ ਲਿਆ, ਨਾਮ ਨਵੇਂ ਨਿਧ ਪਾਈ, ਫਿਰ ਉਹਦਾ ਨਾਮ ਜਿਹੜਾ ਕਰ ਨਵੇਂ ਵੀ ਨਵਾਂ ਨਵਾਂ ਨਾਮ, ਰੋਜ਼ ਨਵਾਂ ਨਵਾਂ ਨਾਮ, ਉਹਦਾ ਖਜ਼ਾਨਾ ਮੈਨੂੰ ਖੋਲ ਦਿੱਤਾ। ਯਾਨੀ ਸਤਿਗੁਰੂ ਨਾਨਕ ਅਰਜਨ ਦੇਵ ਜੀ ਦੇ, ਸਤਿਗੁਰੂ ਅਮਰਦੇਵ ਜੀ ਦੇ ਹੱਥ ਨਾ ਜਦੋਂ ਸੁਰਤੀ ਆ ਗਈ, ਉਹਨਾਂ ਨੂੰ ਫਿਰ ਨਾਮ ਦੇ ਖਜ਼ਾਨੇ ਦੀ ਕੁੰਜੀ ਮਿਲ ਗਈ। ਜਦੋਂ ਨਾਮ ਦੇ ਖਜ਼ਾਨੇ ਦੀ ਕੁੰਜੀ ਮਿਲ ਗਈ, ਉਹਨਾਂ ਨੇ ਫਿਰ ਖੋਲ ਕੇ ਨਵੇਂ ਨਵੇਂ ਹਰ ਰੋਜ਼ ਸਲੋਕ ਉਹਨਾਂ ਨੇ ਸੁਣਾਏ, ਨਵੇਂ ਨਿਧ ਵੀ ਨਵੇਂ ਜਿਹੜੇ ਖਜ਼ਾਨੇ 'ਚ ਉੱਥੋਂ ਕੱਢ ਕੇ ਉਹਨਾਂ ਨੇ ਫਿਰ ਲੋਕਾਂ ਨੂੰ ਸਮਝਾਇਆ। ਅਤੇ ਹਰ ਇੱਕ ਜਿਹੜਾ ਸਤਿਗੁਰੂ ਸੀਗਾ ਉਹਦੀ ਆਪਣੀ ਆਪਣੀ ਸੀਗੀ ਸਪੈਸ਼ੈਲਿਟੀ ਸੀਗੀ। ਅਤੇ ਸਤਿਗੁਰੂ ਅਮਰਦੇਵ ਜੀ ਸਪੈਸ਼ੈਲਿਟੀ ਹੈਗੀ ਦੁਬਦਾ ਭਰਨਾ, ਦੁਬਦਾ ਭਰ ਕੇ ਲੋਕਾਂ ਨੂੰ ਗੁਰਮੁਖ ਬਣਾਉਣਾ, ਗੁਰਮੁਖ ਬਣਾ ਕੇ ਤਾਂ ਤਦੋ ਫਿਰ ਆਪੇ ਉਹ ਫਿਰ ਮਿਲਾ ਲੈਂਦਾ ਨਾਲ। ਅਤੇ ਸਤਿਗੁਰੂ ਰਾਮਦਾਸ ਜੀ ਜਿਹੜੇ ਸੀਗੇ ਉਹਨਾਂ ਨੇ ਗੁਰਮੁਖਾਂ ਦਾ ਮੋਹ ਭੰਨਿਆ, ਮੋਹ ਭੰਨ ਕੇ ਤਾਂ ਉਹਨਾਂ ਨੂੰ ਸਾਧੂਆਂ ਦੀ ਸੰਗਤ ਲਈ ਕਿਹਾ ਵੀ ਜਿੱਦਾਂ ਸਾਧੂ ਹੁੰਦੇ ਇੱਦਾਂ ਤੁਸੀਂ ਬਈ ਕਿਸੇ ਦੀ ਪੱਖ ਨਹੀਂ ਕਰਨੀ, ਜਾਂ ਦੁਨੀਆਂ ਦਾ ਕੋਈ ਤੁਹਾਨੂੰ ਮੈਲ ਨਹੀਂ ਲੱਗਣੀ ਚਾਹੀਦੀ, ਅਤੇ ਤੁਸੀਂ ਸਾਫ਼ ਨਿਰਮਲ ਹੋ ਜਾਓ ਅਤੇ ਫਿਰ ਤੁਹਾਨੂੰ ਅਕਾਲ ਪੁਰਖ ਆਪੇ ਹੀ ਬਾਂਹ ਫੜ ਕੇ ਖਿੱਚ ਲਏਗਾ ਉੱਪਰ। ਇਹ ਜਿਹੜਾ ਆਪਾਂ ਦਾ ਕੰਮ ਹੈ ਕੰਮ ਕਰਨਾ, ਬਾਕੀ ਉਹਦੇ ਇੱਥੇ ਹੁੰਦਾ ਹੈਗਾ ਜੋ ਉਹਨੂੰ ਪਾਵੇ ਸੋਈ ਬੈ ਬਲੀਕਾਰ, ਅਤੇ ਉਹ ਜੋ ਪਾਵੇ ਉਹੀ ਬਲੀਕਾਰ ਹੈਗੀ ਇਹ।